ਉਹਨਾਂ ਦਾ ਵੱਡੇ ਪੱਧਰ ਤੇ ਘਰ ਦਾ ਕਰਾਓ ਕੀਤਾ ਜਾਊਗਾ ਔਰ ਆਨਲਾਈਨ ਐਗਜ਼ਾਮ ਦੀ ਮੰਗ ਨੂੰ ਮਰਵਾ ਕੇ ਵਾਪਸ ਆਇਆ ਜਾਊਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਆਫਲਾਈਨ ਐਗਜ਼ਾਮ ਲੈਣ ਦੇ ਪਿੱਛੇ ਪਈਆਂ ਹੋਈਆਂ ਹਨ, ਜਦੋਂ ਕਿ ਸਾਰੇ ਭਾਰਤ ਦੇ ਵਿੱਚ ਜਿਹੜਾ ਮਾਹੌਲ ਹੈ ਖਰਾਬ ਹੁੰਦਾ ਜਾ ਰਿਹਾ ਹੈ, ਕਰੋਨਾ ਦੇ ਕੇਸਿਸ ਲਗਾਤਾਰ ਵੱਧ ਰਹੇ ਹਨ, ਫਿਰ ਵੀ ਇਹ ਦੋ ਯੂਨੀਵਰਸਿਟੀਆਂ ਜਿਹੜੀਆਂ ਆਫਲਾਈਨ ਐਗਜ਼ਾਮ ਲੈਣ ਦੀ ਜਿੱਦ ਪਿੱਛੇ ਪਈਆਂ ਹੋਈਆਂ ਹਨ। ਜਿਵੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਥਾਪਰ ਯੂਨੀਵਰਸਿਟੀ, ਆਪਾਂ ਨੂੰ ਪਤਾ ਹੀ ਹੈ ਉਸ ਦੇ ਵਿੱਚ ਲਗਾਤਾਰ ਕੇਸ ਵੱਧ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਜਿਹੜੀ ਟੈਸਟਿੰਗ ਹੋ ਰਹੀ ਹੈ ਉਸ ਦੇ ਵਿੱਚ 93 ਕੇਸ ਇਕੱਲੇ ਥਾਪਰ ਇੰਸਟੀਚਿਊਟ ਦੇ ਵਿੱਚ ਆ ਚੁੱਕੇ ਹਨ। ਸੋ ਆਪਾਂ ਸਾਰੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇਕਰ ਆਫਲਾਈਨ ਐਗਜ਼ਾਮ ਹੁੰਦੇ ਹਨ ਤਾਂ ਕਿੰਨੀ ਵੱਡੀ ਤਾਦਾਦ ਦੇ ਵਿੱਚ ਕਰੋਨਾ ਦਾ ਜਿਹੜਾ ਸੰਕਰਮਣ ਹੈ ਉਹ ਫੈਲ ਸਕਦਾ ਹੈ। ਜਿੰਨੇ ਵੀ ਯੂਨੀਵਰਸਿਟੀ ਨੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਇਗਜ਼ਾਮ ਨੇ ਉਹ ਸਾਰੇ ਆਨਲਾਈਨ ਕਰਾਏ ਜਾਣ, ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ। ਇੱਥੇ ਹੀ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਹਰਿਆਣਾ ਗੌਰਮੈਂਟ ਨੇ ਵੀ ਜਿਹੜਾ ਲੋਕਡਾਊਨ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਕਿ ਤੁਸੀਂ ਇਸ ਨਿਊਜ਼ ਦੇ ਵਿੱਚ ਸੁਣਿਆ ਹੀ ਹੋਏਗਾ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਹਰਿਆਣਾ ਗੌਰਮੈਂਟ ਨੇ ਮਹਾਂਮਾਰੀ ਤੋਂ ਸੁਰੱਖਿਆ ਰੱਖਣ ਦੇ ਲਈ ਜਿਹੜੇ 5 ਡਿਸਟ੍ਰਿਕਟ ਨੇ, ਪੰਚਕੂਲਾ, ਗੁੜਗਾਉਂ, ਫਰੀਦਾਬਾਦ, ਅੰਬਾਲਾ, ਸੋਨੀਪਤ, ਇੱਥੇ ਲੋਕਡਾਊਨ ਲਗਾ ਦਿੱਤਾ ਹੈ। 50% ਸਟਾਫ ਜਿਹੜਾ ਗੌਰਮੈਂਟ ਅਤੇ ਪ੍ਰਾਈਵੇਟ ਹੋਸਪਿਟਲਸ ਦੇ ਵਿੱਚ ਇਹ ਅਲਾਊਡ ਕੀਤਾ। ਇਸ ਤੋਂ ਇਲਾਵਾ ਜਿਹੜੇ ਹੋਰ ਰਿਸਟ੍ਰਿਕਸ਼ਨਸ ਨੇ ਉਹ ਵੀ ਲਗਾ ਦਿੱਤੀਆਂ ਨੇ। ਇਹ ਰਿਸਟ੍ਰਿਕਸ਼ਨਸ ਨੇ 2 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਸ਼ਾਮ 5 ਵਜੇ ਤੱਕ ਲੱਗਣਗੀਆਂ। ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਗਵਰਨਮੈਂਟ ਆਲਰੇਡੀ ਕਹਿ ਚੁੱਕੀ ਹੈ ਕਿ ਅਸੀਂ ਵੀ ਜਲਦੀ ਰਿਸਟ੍ਰਿਕਸ਼ਨ ਲਗਾਵਾਂਗੇ, ਕਿਉਂਕਿ ਆਪ ਸਭ ਨੂੰ ਪਤਾ ਹੈ ਕਿ 1 ਤਰੀਕ ਨੂੰ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ, ਤਪਦੀਪ ਦਕੋਹਾ ਸਟੂਡੈਂਟ ਸੰਘਰਸ਼ ਮੋਰਚਾ, ਇਹਨਾਂ ਵੱਲੋਂ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਜਿਹੜਾ ਕਿ 1 ਤਰੀਕ ਨੂੰ ਹੋਣਾ ਸੀ, ਪਰ 1 ਤਰੀਕ ਨੂੰ ਇਹ ਜਿਹੜਾ ਪ੍ਰੋਟੈਸਟ ਸੀ ਉਹ ਪੋਸਟਪੋਨ ਕਰ ਦਿੱਤਾ ਹੈ। ਹੁਣ ਨਵਦੀਪ ਦਕੋਹਾ ਵੱਲੋਂ ਹੁਣੇ ਹੁਣੇ ਲੇਟੈਸਟ ਅਪਡੇਟ ਦਿੱਤੀ ਗਈ ਹੈ ਕਿ ਜਿਹੜਾ ਇਹ ਪ੍ਰੋਟੈਸਟ ਹੈ 4 ਤਰੀਕ ਨੂੰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਜਿਵੇਂ ਕਿ PTU ਪੰਜਾਬ ਯੂਨੀਵਰਸਿਟੀ, ਇਹ ਸਾਰੀਆਂ ਆਨਲਾਈਨ ਐਗਜ਼ਾਮ ਲੈ ਰਹੀਆਂ, ਪਰ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਹੀ ਸਿਰਫ 2 ਯੂਨੀਵਰਸਿਟੀਆਂ ਜਿਹੜੀਆਂ ਨੇ ਆਫਲਾਈਨ ਐਗਜ਼ਾਮ ਲੈ ਰਹੇ ਨੇ। ਸੋ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਪ੍ਰੋਟੈਸਟ ਦਾ ਪਾਰਟ ਬਣੋ ਅਤੇ ਇਹਨਾਂ ਯੂਨੀਵਰਸਿਟੀਆਂ ਨੂੰ ਦਿਖਾਓ ਕਿ ਅਸੀਂ ਆਨਲਾਈਨ ਐਗਜ਼ਾਮ ਦੇਣਾ ਚਾਹੁੰਦੇ ਹਾਂ। ਸਮੂਹ ਵਿਦਿਆਰਥੀ ਵਰਗ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਿੱਖਿਆ ਮੰਤਰੀ ਦਾ ਘਿਰਾਓ 4 ਜਨਵਰੀ 2022 ਨੂੰ ਸਵੇਰੇ 10 ਵਜੇ ਖਾਲਸਾ ਕਾਲਜ ਜਲੰਧਰ ਬਾਹਰ, ਤਾਂ ਸਾਰੇ ਵਿਦਿਆਰਥੀ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇੱਥੇ ਪਹੁੰਚੋ। ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਹੇ ਹਨ, ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਵੱਧ ਤੋਂ ਵੱਧ ਜਣੇ ਪ੍ਰੋਟੈਸਟ ਦਾ ਪਾਰਟੀਸਪੇਟ ਬਣੋ। ਇਸ ਪ੍ਰੋਟੈਸਟ ਦੇ ਲਈ ਨਵਦੀਪ ਦੁਕਾਨ ਨੇ ਲਾਈਵ ਹੋ ਕੇ ਇੱਕ ਵੀਡੀਓ ਬਾਈਟ ਵੀ ਦਿੱਤੀ ਆ, ਅਸੀਂ ਤੁਹਾਨੂੰ ਉਹ ਵੀਡੀਓ ਵੀ ਸੁਣਾ ਦਿੰਦੇ ਹਾਂ। ਹਾਂਜੀ, ਸਾਰੇ ਹੀ ਵਿਦਿਆਰਥੀ ਸਾਥੀਆਂ ਨੂੰ, ਵਿਦਿਆਰਥੀ ਏਕਤਾ ਜ਼ਿੰਦਾਬਾਦ, ਸਟੂਡੈਂਟ ਸੰਘਰਸ਼ ਮੋਰਚਾ ਜ਼ਿੰਦਾਬਾਦ। ਸੋ ਵਿਦਿਆਰਥੀ ਸਾਥੀਓ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਆਪਾਂ ਆਨਲਾਈਨ ਐਗਜ਼ਾਮ ਦੀ ਮੰਗ ਨੂੰ ਜ਼ਮੀਨੀ ਪੱਧਰ 'ਤੇ ਲਿਆ ਦਿੱਤਾ ਹੈ, ਔਰ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਘਰ ਦਾ ਘਿਰਾਓ ਸੀਗਾ ਉਹਨੂੰ 1 ਜਨਵਰੀ ਡੇਟ ਨੂੰ ਮੁਲਤਵੀ ਕਰਕੇ ਹੁਣ ਉਹਨੂੰ ਜਿਹੜੀ ਹੈ 4 ਜਨਵਰੀ ਰੱਖ ਦਿੱਤਾ ਗਿਆ ਆ। ਕਿਉਂਕਿ ਵਿਦਿਆਰਥੀਆਂ ਦਾ ਮੰਨਣਾ ਸੀ ਨਵਾਂ ਸਾਲ ਹੈ ਔਰ ਨਵੇਂ ਸਾਲ ਦੇ ਉੱਤੇ ਪਹਿਲੇ ਦਿਨ ਪ੍ਰਦਰਸ਼ਨ ਕਰਨਾ ਸਹੀ ਨਹੀਂ ਹੋਊਗਾ। ਸੋ ਅਸੀਂ ਹੁਣ 4 ਜਨਵਰੀ ਦਿਨ ਮੰਗਲਵਾਰ ਸਵੇਰੇ ਜਿਹੜਾ 10 ਵਜੇ ਸਾਰੇ ਸਾਥੀ ਲਾਇਲਪੁਰ ਖਾਲਸਾ ਕਾਲਜ 'ਚ ਇਕੱਤਰ ਹੋਵਾਂਗੇ। ਖਾਲਸਾ ਕਾਲਜ ਤੋਂ ਆਪਾਂ ਜਿਹੜਾ ਆ ਮੰਤਰੀ ਸਾਹਿਬ ਦਾ ਘਰ ਜਿਹੜਾ ਹੈ 2-4 ਕਿਲੋਮੀਟਰ 'ਤੇ ਹੈ, ਉੱਥੇ ਜਾਵਾਂਗੇ ਔਰ ਜਾ ਕੇ ਉਹਨਾਂ ਦਾ ਵੱਡੇ ਪੱਧਰ 'ਤੇ ਘਰ ਦਾ ਕਰਾਓ ਕੀਤਾ ਜਾਊਗਾ ਔਰ ਆਨਲਾਈਨ ਐਗਜ਼ਾਮ ਦੀ ਮੰਗ ਨੂੰ ਮਰਵਾ ਕੇ ਵਾਪਸ ਆਇਆ ਜਾਊਗਾ। ਸੋ ਸਾਰੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਪ੍ਰੋਟੈਸਟ ਦਾ ਪਾਰਟ ਬਣੋ, ਕਿਉਂਕਿ ਜੇਕਰ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਹੀ ਯੂਨੀਵਰਸਿਟੀ ਨੂੰ ਪਤਾ ਲੱਗੇਗਾ ਕਿ ਵਿਦਿਆਰਥੀ ਆਨਲਾਈਨ ਐਗਜ਼ਾਮ ਦੀ ਡਿਮਾਂਡ ਕਰ ਰਹੇ ਹਨ। ਸੋ ਅੱਜ ਦੀ ਵੀਡੀਓ ਦੇ ਅਪਡੇਟ ਦੇ ਵਿੱਚ ਇੰਨਾ ਹੀ। ਚੈਨਲ ਦੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ।